ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਿਆ ਹੈ ਜਿਸ ਦੇ ਵਿੱਚ ਬਹੁਤ ਵਧੀਆ ਤਨਖਾਹ ਮਿਲਣ ਵਾਲੀ ਹੈ ਤੁਹਾਨੂੰ ਔਰ ਪੂਰੇ ਪੰਜਾਬ ਦੇ ਕੈਂਡੀਡੇਟ ਲਈ ਬਹੁਤ ਵਧੀਆ ਨੋਟੀਫਿਕੇਸ਼ਨ ਹੈ ਕਿੱਦਾਂ ਅਪਲਾਈ ਕਰਨਾ ਹੈ ਤੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਅੱਜ ਇਸ ਵੀਡੀਓ ਤੁਹਾਨੂੰ ਮੈਂ ਦੇਣ ਜਾ ਰਿਹਾ ਹਾਂ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਕਰ ਲੈਣਾ ਸਬਸਕ੍ਰਾਈ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਕਈ ਵੈਕੈਂਸੀਜ਼ ਜਿਹੜੀਆਂ ਨੇ ਉਹ ਪੰਜਾਬ ਦੇ ਕੈਂਡੀਡੇਟ ਦੇ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਹਰ ਇੱਕ ਨੋਟੀਫਿਕੇਸ਼ਨ ਲੈ ਕੇ ਆਂਦਾ ਹੀ ਰਵਾਂਗਾ ਬਾਕੀ ਸਾਰੇ ਅਪਡੇਟਸ ਲਈ ਸਾਡੀ ਵੈਬਸਾਈਟ ਜੋ ਕਿ meetacademy.xyz ਹੈ ਉਸ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਉਹਦੇ ਲਈ ਤੁਸੀਂ ਕੀ ਕਰਨਾ ਹੈ Google ਜਾ ਕੇ ਟਾਈਪ ਕਰਨਾ ਹੈ ਜੀ meetacademy.xyz ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜੀ ਜੀ ਮਿਲ ਜਾਵੇਗੀ ਉੱਥੋਂ ਤੁਸੀਂ ਸਾਰੇ ਜੋਬ ਲੀਟਰ ਅਪਡੇਟ ਜਿਹੜੇ ਨੇ ਲੈ ਸਕਦੇ ਹੋ ਔਰ ਇਸੇ ਦੇ ਨਾਲ ਕਿਸੇ ਵੀ ਗਵਰਨਮੈਂਟ ਜੌਬ ਦੀ ਅਗਰ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਤੈਨੂੰ ਤੁਹਾਨੂੰ ਜਿਹੜੀ ਸਾਰੀ ਡਿਟੇਲ ਜਿਹੜੀ ਉਹ ਦੱਸ ਦਿੰਨੇ ਹਾਂ ਜੀ ਸਭ ਤੋਂ ਪਹਿਲਾਂ ਗੱਲ ਕਰ ਲੈਣੀਆਂ ਜੀ ਇੰਪੋਰਟੈਂਟ ਡੇਟਸ ਦੀ ਜਿਸ ਦੇ ਵਿੱਚ ਅਪਲਾਈ ਕਰਨਾ ਆਲਰੇਡੀ ਸਟਾਰਟ ਹੋ ਚੁੱਕਿਆ ਹੈ ਜੀ ਇਸ ਦੇ ਲਈ ਵੀ 1 2023 ਤੱਕ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਹੋ ਨੋਟੀਫਿਕੇਸ਼ਨ ਰਿਲੀਜ਼ ਕਰ ਦਿੱਤਾ ਗਿਆ ਹੈ 21 12 ਤੋਂ ਸਟਾਰਟ ਹੋ ਜਾਵੇਗਾ ਤੁਸੀਂ ਅਪਲਾਈ ਕਰ ਪਾਉਂਗੇ ਔਰ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰ ਰਹੀ ਥੀ ਕਿ ਜਿਹੜੀ ਜਿਹੜੀ ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਸਭ ਤੋਂ ਪਹਿਲੀ ਪੋਸਟ ਜਿਹੜੀ ਹੈ ਜੀ ਉਹ ਸੀਨੀਅਰ ਅਸਿਸਟੈਂਟ ਅਫੀਸ਼ੀਅਲ ਲੈਂਗੁਏਜ ਦੀ ਹੈ ਜਿਸ ਦੇ ਵਿੱਚ ਟੋਟਲ ਵੈਕੈਂਸੀਜ਼ ਦੀ ਗੱਲ ਕਰਾਂ ਤਾਂ 5 ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਦੇ ਲਈ ਇੱਕ ਹੈ ਐਕਸ ਰਿਸਰਚ ਮੈਨ ਦੇ ਲਈ ਇੱਕ ਜਿਹੜੀ ਉਹ ਰਿਜ਼ਰਵ ਇਸ ਦੇ ਵਿੱਚ ਰੱਖੀ ਗਈ ਹੈ ਜੀ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰੀਏ ਸੀਨੀਅਰ ਅਸਿਸਟੈਂਟ ਦੀ ਵੈਕੈਂਸੀ ਹੈ ਜਿਸ ਦੇ 16 ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਸੀਨੀਅਰ ਅਸਿਸਟੈਂਟ ਇਲੈਕਟ੍ਰੋਨਿਕਸ ਦੀਆਂ 32 ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਉਹਨਾਂ ਨੇ ਇਹਨੂੰ ਬਾਈਫਰਕੇਟ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਅਲੱਗ-ਅਲੱਗ ਜਿਹੜੀਆਂ ਨੇ ਤੁਸੀਂ ਕੈਟਾਗਰੀ ਵਾਈਜ਼ ਦੇਖ ਸਕਦੇ ਹੋ ਆਪਣੀ ਕੈਟਾਗਰੀ ਵਾਈਜ਼ ਚੈੱਕ ਕਰ ਲੈਣਾ ਜੀ ਤੇ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਕੀ-ਕੀ ਐਲੀਜੀਬਿਲਿਟੀ ਰਹਿਣ ਵਾਲੀ ਹੈ ਓਵੀ ਮੈਂ ਤੁਹਾਨੂੰ ਦ ਜਿਹੜੀ ਪੋਸਟ ਦੇ ਲਈ ਪੇ ਸਕੇਲ ਰਹਿਣ ਵਾਲਾ ਇਥੇ ਤੁਹਾਡਾ ਉਹ 36000 ਰੁਪਏ ਲੈਵਲ ਦੇ ਤੁਹਾਡਾ ਸਾਰੀ ਪੇ ਸਕੇਲ ਜਿਹੜਾ 36000 ਰਹੇਗਾ ਪਲੱਸ ਤੋਂ ਲੈ ਕੇ 110000 ਤੁਹਾਡਾ ਜਿਹੜਾ ਰਹਿਣ ਵਾਲਾ ਜੋ ਕਿ ਸੀਨੀਅਰ ਅਸਿਸਟੈਂਟ ਦੇ ਲਈ ਰਹਿਣ ਵਾਲਾ ਹੈ ਜੀ ਇਸ ਦੇ ਵਿੱਚ ਠੀਕ ਹੈ ਜੀ ਉਸ ਦੇ ਵਿੱਚ ਤੁਹਾਨੂੰ ਐਚ ਆਰ ਏ ਵੀ ਦਿੱਤਾ ਜਾਏਗਾ ਏਜ ਲਿਮਿਟ ਦੀ ਗੱਲ ਕਰਾਂ 30 ਸਾਲ ਤੱਕ ਦੇ ਕੈਂਡੀਡੇਟ ਦੇ ਲਈ ਐਲੀਜੀਬਲ ਨੇ ਅਪਲਾਈ ਕਰ ਪਾਣਗੇ 5 ਸਾਲ ਦਾ ਏਜ ਰੈਲੈਕਸੇਸ਼ਨ ਐਸ ਸੀ ਐਸ ٹی ਨੂੰ ਦਿੱਤਾ ਜਾਏਗਾ 3 ਸਾਲ ਦਾ ਓ ਬੀ ਸੀ ਨਾਨ ਕਰੀਮੀ ਲੀਅਨ ਨੂੰ ਦਿੱਤਾ ਜਾਏਗਾ ਜਿਸ ਦੇ ਵਿੱਚ ਕੁਆਲਿਫੀਕੇਸ਼ਨ ਦੀ ਗੱਲ ਕਰਾਂ ਸੀ ਵਿਚ ਠੀਕ ਹੈ ਜੀ ਇਸੇ ਦੇ ਨਾਲ ਇੰਗਲਿਸ਼ ਉਹਦੇ ਨਾਲ ਕੀਤੀ ਹੋਈ ਹੈ ਤਾਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਦੇ ਵਿੱਚ ਇੱਕ ਸਬਜੈਕਟ ਨਾਲ ਕੀਤੀ ਹੈ ਜਾਂ ਮਾਸਟਰਸ ਕੀਤੀ ਹੋਈ ਇੰਗਲਿਸ਼ ਵਿਦ ਹਿੰਦੀ ਦੇ ਸਬਜੈਕਟ ਦੇ ਨਾਲ ਤੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਂ ਅਪਲਾਈ ਤੁਸੀਂ ਕਰ ਸਕਦੇ ਹੋ ਤੇ ਇਸ ਦੇ ਲਈ ਡਿਟੇਲ ਨੋਟੀਫਿਕੇਸ਼ਨ ਤੁਸੀਂ ਦੇਖ ਸਕਦੇ ਹੋ ਜੀ ਨੈਕਸਟ ਅਗਰ ਅਸੀਂ ਗੱਲ ਕਰਦੇ ਹਾਂ ਸੀਨੀਅਰ ਅਸਿਸਟੈਂਟ ਦੇ ਲਈ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਪ੍ਰਫਰੈਂਸ ਜਿਹੜੀ ਬੀ ਕਾਮ ਕੈਂਡੀਡੇਟ ਨੂੰ ਦਿੱਤੀ ਜਾਏ ਕਿ ਕੰਪਿਊਟਰ ਟ੍ਰੇਨਿੰਗ ਕੋਰਸ ਕੀਤਾ ਹੋਇਆ ਹੋਵੇ ਤਿੰਨ ਤੋਂ 6 ਮਹੀਨੇ ਦਾ ਔਰ ਐਕਸਪੀਰੀਅੰਸ ਹੈਗਾ 2 ਸਾਲ ਦਾ ਰੈਲੇਵੈਂਟ ਐਕਸਪੀਰੀਅੰਸ ਹੈਗਾ ਕੰਸ ਨਿੱਕ ਲਈ ਜਿਹਨੇ ਡਿਪਲੋਮਾ ਕੀਤਾ ਇਲੈਕਟ੍ਰੋਨਿਕ ਐਂਡ ਟੈਲੀਕਮਿਊਨੀਕੇਸ਼ਨ ਰੇਡੀਓ ਇੰਜੀਨੀਅਰਿੰਗ ਦੇ ਵਿੱਚ 2 ਸਾਲ ਦਾ ਐਕਸਪੀਰੀਅੰਸ ਹੈਗਾ ਰੈਲੇਵੈਂਟ ਐਕਸਪੀਰੀਅੰਸ ਤਾਂ ਉਹ ਇਸ ਲਈ ਅਪਲਾਈ ਕਰ ਸਕਦੇ ਨੇ ਇਸ ਦੇ ਲਈ ਤੁਹਾਡਾ ਜਿਹੜਾ ਜੀ ਰਿਟਰਨ ਐਗਜ਼ਾਮੀਨੇਸ਼ਨ ਹੋਏਗਾ ਤਿੰਨਾਂ ਪੋਸਟਾਂ ਦੇ ਲਈ ਉਹਨਾਂ ਨੇ ਡਿਟੇਲਸ ਮੈਂਸ਼ਨ ਕੀਤੀਆਂ ਹੋਈਆਂ ਨੇ 50% ਪਹਿਲੀ ਪੋਸਟ ਦੇ ਲਈ 50% ਜਨਰਲ ਨੋਲੇਜ ਜਨਰਲ ਇੰਟੈਲੀਜੈਂਸ ਜਨਰਲ ਐਬਿਟਿਊਡ ਤੇ ਇੰਗਲਿਸ਼ ਦਾ ਟੈਸਟ ਹੋਏਗਾ 50% ਕੁਐਸਚਨ ਤੁਹਾਡੇ ਸਬਜੈਕਟ ਦੇ ਰਿਲੇਟਡ ਆਣਗੇ ਸੀਨੀਅਰ ਅਸਿਸਟੈਂਟ ਦੇ ਲਈ 70% ਕੁ 30% ਪਰਸੈਂਟ ਨੰਬਰ ਤੁਹਾਡੇ ਜਿਹੜੇ ਹੋਣਗੇ ਉਹ ਜਨਰਲ ਨੋਲੇਜ ਜਨਰਲ ਇੰਟੈਲੀਜੈਂਸ ਜਨਰਲ ਐਪਟੀਟਿਊਡ ਦੇ ਰਹਿਣਗੇ ਸੀਨੀਅਰ ਅਸਿਸਟੈਂਟ ਇਲੈਕਟ੍ਰੋਨਿਕ ਦੇ ਲਈ 70% ਤੁਹਾਡੇ ਜਿਹੜੀ ਹੈ ਜੀ ਉਹ ਤੁਹਾਡੇ ਸਬਜੈਕਟ ਦੀ ਹੈ ਔਰ 30% ਨੋਲੇਜ ਤੁਹਾਡੀ ਜਿਹੜੀ ਹੈ ਜੀ ਉਹ ਰਹੇਗੀ ਤੁਹਾਡੇ ਜਨਰਲ ਨੋਲੇਜ ਜਨਰਲ ਇੰਟੈਲੀਜੈਂਸ ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਸਿਲੈਕਸ਼ਨ ਪ੍ਰੋਸੀਜਰ ਤੁਹਾਨੂੰ ਆਲਰੇਡੀ ਮੈਂ ਦੱਸ ਦਿੱਤਾ ਹੈ ਜੀ ਤੁਹਾਡੀ ਜਿਹੜੀ ਐਪਲੀਕੇਸ਼ਨਸ ਹੋਣਗੀਆਂ ਉਹਨਾਂ ਨੂੰ ਸਕਰੀਨਿੰਗ ਤੋਂ ਬਾਅਦ ਤੁਹਾਨੂੰ ਜਿਹੜਾ ਰਿਟਨ ਟੈਸਟ ਦੇ ਲਈ ਬੁਲਾਇਆ ਜਾਏਗਾ ਐਪਲੀਕੇਸ਼ਨ ਫੀ 1000 ਰੁਪ ਵੂਮਨ ਕੈਂਡੀਡੇਟਸ ਲਈ ਬਿਲਕੁਲ ਨਿਲ ਹੈ ਕੋਈ ਫੀਸ ਤੁਸੀਂ ਪੇ ਨਹੀਂ ਕਰਨੀ ਹੈ ਜੀ ਇਸ ਤੇਰੀ ஆன்ਲਾਈਨ ਅਪਲਾਈ ਕਰਨਾ ਹੋਏਗਾ ਔਰ ਇਹ ਤੁਸੀਂ ਅਪਲਾਈ ਕਰ ਸਕਦੇ ਹੋ ਇਹਨਾਂ ਦੀ ਵੈਬਸਾਈਟ ਦੇ ਉੱਪਰ ਰਜਿਸਟ੍ਰੇਸ਼ਨ ਤੋਂ ਬਾਅਦ ਇਹ ਨੋਟੀਫਿਕੇਸ਼ਨ 에어ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਆਊਟ ਕੀਤਾ ਗਿਆ ਹੈ ਜੀ ਤੁਸੀਂ ਦੇਖ ਸਕਦੇ ਹੋ 올 ਇੰਡੀਆ ਦੇ ਕੈਂਡੀਡੇਟ ਐਲੀਜੀਬਲ ਨੇ ਜਰੂਰੀ ਹੈ ਲਈ ਅਪਲਾਈ ਕਰਨਾ ਕਿੱਦਾਂ ਅਪਲਾਈ ਕਰਨਾ ਹੈ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਹਾਂ ਜੀ ਸਿੰਪਲ ਸਟੈਪ ਹੈ ਤੁਸੀਂ ਰਜਿਸਟ੍ਰੇਸ਼ਨ ਤੋਂ ਬਾਅਦ ਅਪਲਾਈ ਕਰ ਸਕਦੇ ਹੋ ਫਿਰ ਵੀ ਕੋਈ ਡਾਊਟ ਹੁੰਦਾ ਤੁਸੀਂ ਸਾਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ ਸੋ ਇਹ ਸੀਗਾ ਇਸ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ